ਬਿਸਮਿਲਲਾਹਿਰਰਹਮਾਨਿਰਰਹੀਮ ਇਯਾਕ ਨਅਬਦੂ ਵਇਯਾਕ ਨਸਤਾਈਨ। ਅਸਲਾਮ ਅਲੈਕੁਮ ਜਨਾਬ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਾਸ਼ਿਦ ਘੁੰਮਣ। ਤੁਸੀਂ ਵੇਖਦੇ ਪਏ ਜੇ ਬਵਿਰਕ ਟੀਵੀ। ਜਿਵੇਂ ਕਿ ਵੀਰ ਜਾਣਦੇ ਨੇ, ਹਰ ਰੋਜ਼ ਦੀ ਤਰ੍ਹਾਂ ਇੱਕ ਨਏ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਈਦਾ। ਉਸੇ ਤਰ੍ਹਾਂ ਹੀ ਫੇਰ ਇੱਕ ਕ੍ਰਾਸ ਬਰੀਡ ਦੇ ਵਿੱਚ ਜਰਸੀ ਸਾਹੀਵਾਲ ਦਾ ਕ੍ਰਾਸ, ਤਾਜ਼ਾ ਸੂਈ ਮਗਰ ਵੱਛੀ, ਮੁੱਲ ਬੜੇ ਮਕੂਲ ਨੇ। ਉਹਦੇ ਨਾਲ ਇੱਕ ਗਾਏ ਗੱਬਣ ਖੜੀ ਹੈ ਜੀ, ਜਰਸੀ ਸਾਹੀਵਾਲ ਦਾ, ਉਹ ਵੀ ਕ੍ਰਾਸ ਹੈ। ਦੋ ਗਾਵਾਂ ਦਾ ਤੁਹਾਨੂੰ ਵੀਡੀਓ ਚੈੱਕ ਕਰਾਵਾਂਗੇ ਜਨਾਬ। ਇੱਕ ਤਾਂ ਤੁਰਨ ਫਿਰਨ ਚੈੱਕ ਕਰਾਵਾਂਗੇ, ਦੂਸਰੀ ਲਾਈਵ ਚੈਵੀ ਚੈੱਕ ਕਰਾਵਾਂਗੇ। ਕਿਤੇ ਨਹੀਂ ਜਾਣਾ, ਵੀਡੀਓ ਨੂੰ ਪੂਰਾ ਐਂਡ ਤੱਕ ਵੇਖਣਾ ਤਾਂ ਕਿ ਤੁਹਾਨੂੰ ਜਾਨਵਰ ਦੀ ਸਮਝ ਆ ਸਕੇ। ਮੇਰੀ ਵੀਡੀਓ ਨੂੰ ਸਕਿੱਪ ਨਹੀਂ ਕਰਨਾ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਜਾਨਵਰ ਦੀ ਕਰਾਈ ਤਸੱਲੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਤਾਂ ਲਾਈਕ ਕਰਨਾ ਨਹੀਂ ਭੁੱਲਣਾ, ਤਾਂ ਕਿ ਹਰ ਇੱਕ ਆਉਣ ਵਾਲੀ ਨਈ ਅੱਛੀ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਅਤੇ ਦੋਸਤਾਂ ਤੱਕ ਪਹੁੰਚਦਾ ਰਹੇ। ਹੁਣ ਮੇਰਾ ਕੈਮਰਾਮੈਨ ਤੁਹਾਨੂੰ ਕਰਾਉਂਦਾ ਜਾਨਵਰ ਦੀ ਤਸੱਲੀ। ਮਾਸ਼ਾਅੱਲਾ ਜਨਾਬ, ਜਾਨਵਰ ਨੰਬਰ ਇੱਕ ਜਰਸੀ ਕ੍ਰਾਸ ਦੇ ਵਿੱਚ। ਸਭ ਤੋਂ ਪਹਿਲੇ ਜਾਨਵਰ ਦੀ ਤੁਸੀਂ ਕਰਨੀ ਹਾਈਟ ਚੈੱਕ। ਬੇਲ ਬੜੀ, ਹਾਈਟ ਬੜੀ, ਸਿਰ ਤੋਂ ਓਰਿਜਨਲ ਮੋਨੀ, ਚੱਪਾ ਚੱਪਾ ਕੰਨ। ਉਸ ਤੋਂ ਬਾਅਦ ਤੁਹਾਨੂੰ ਕਰਾਵਾਂਗੇ ਥਣ ਚੈੱਕ, ਕਾਲੇ ਰੰਗ ਦਾ ਮੁੱਠ ਮੁੱਠ ਦਾ ਥਣ। ਮਸ਼ਕ ਬਣੀ ਫਿਰਦੀ ਜਨਾਬ, ਚੈੱਕ ਕਰੋ ਤਾਜ਼ਾ ਸੂਈ ਮਗਰੇ ਦੇ ਵੱਛੀ। ਇਹਦੀ ਤੁਹਾਨੂੰ ਲਾਈਵ 'ਚ ਆਈ ਚੈੱਕ ਕਰਾਵਾਂਗੇ। ਇਹ ਵੱਛੀ ਜਨਾਬ 3-4 ਦਿਨ ਦੀ ਸੂਈ। ਜਾਨਵਰ ਨੰਬਰ 2 ਜਰਸੀ ਸਾਹੀਵਾਲ ਦਾ ਕ੍ਰਾਸ, ਗੱਬਣ ਹੈ, ਡਿਲੀਵਰੀ ਦਿਨ ਲੈਂਦੀ ਬਿਲਕੁਲ। ਖਾਣ ਬਹੁਤ ਪਿਆਰਾ, ਮਾਸ਼ਾਅੱਲਾ ਪਾਵਰ ਵਾਲਾ, ਕੱਚੀ ਪਈ ਹੈ ਜੀ ਵੈਡ ਬਿਲਕੁਲ। 10 ਦਿਨ ਨਹੀਂ ਸੂਈ, ਚੈੱਕ ਕਰੋ ਜੀ ਮਾਸ਼ਾਅੱਲਾ। ਚਮਕ ਬੜੀ, ਰੱਤ ਬੜੀ। ਇਹੋ ਜਾਨਵਰ ਹੈ ਗਰਮੀ ਸਰਦੀ ਹਰ ਮੌਸਮ ਸਰਵਾਈਵ ਕਰਨ ਵਾਲਾ। ਕਿਸੇ ਕਿਸਮ ਦਾ ਕੋਈ ਨੁਕਸ ਐਬ ਹੋਵੇ ਜ਼ਿੰਮੇਦਾਰ ਹੋਵਾਂਗੇ। ਮਾੜਾ ਛੱਡ ਕੇ ਤੋਰ ਨਹੀਂ ਯਾਰ ਬਾਈ, ਤੁਰਨ ਫਿਰਨ ਚੈੱਕ ਕਰਾਉਂਦੇ, ਚੈੱਕ ਕਰੋ ਮਾਸ਼ਾਅੱਲਾ। ਬਹੁਤ ਆਲਾ ਨਸਲ ਦੀ ਗਾਏ ਜਨਾਬ ਹੈ। ਦੂਸਰਾ ਵਾਰਾ ਬੈਠ ਦੇ ਸੁਣਾ, ਦਿਨ ਹਜੇ 10 ਕੱਢਦੀ, ਡੇਢ 'ਚ 10 ਦਿਨ ਪਏ। ਗਨ ਨੰਬਰ 2 ਦੀ ਡਿਮਾਂਡ ਹੈ ਜਨਾਬ 3,80,000 ਰੁਪਈਆ। ਮਾਸ਼ਾਅੱਲਾ, ਚੈੱਕ ਕਰੋ ਇੱਧਰ ਨੂੰ ਲਿਆ ਯਾਰ, ਇੱਧਰ ਸੂਰਜ ਪੈਂਦਾ ਸਾਹਮਣੇ, ਸਹੀ ਨਜ਼ਰ ਨਹੀਂ ਆਉਂਦਾ। ਕੋਈ ਲੰਗਾ ਨਹੀਂ, ਕੋਈ ਵਾਹ ਨਹੀਂ, ਫਿਜ਼ੀਕਲ ਫਿੱਟ ਮਾਸ਼ਾਅੱਲਾ ਬਿਲਕੁਲ। ਤੁਰਨ ਫਿਰਨ ਚੈੱਕ ਕਰੋ ਬਸ। ਲੈ ਵੀਡੀਓ ਲੰਮੀ ਹੋ ਜਾਣੀ, ਜਲਦੀ ਜਲਦੀ ਜਿਹੜਾ ਨਾ ਉਹਦਾ ਮਾੜਾ ਤੁਰਨ ਫਿਰਨ ਚੈੱਕ ਕਰਾ ਤੇ ਫਿਰ ਉਹਦੀ ਵੱਛੀ ਛੱਡ। ਬਹੁ ਵਿਰਕ ਟੀਵੀ ਜਨਾਬ ਹਮੇਸ਼ਾ ਤੋਂ ਕੋਸ਼ਾਂ ਅਤੇ ਕਾਵਿਸ਼ਾਂ ਭਰਾਵਾਂ ਵਾਸਤੇ ਨਸਲੀ ਅਤੇ ਮਿਆਰੀ ਜਾਨਵਰ ਦੇ ਚੈੱਕ ਕਰੋ ਜਨਾਬ ਮਾਸ਼ਾਅੱਲਾ ਫਿਜ਼ੀਕਲ ਫਿਟਨੈਸ। ਚਲ ਬਸ ਲੈ ਆਇਆ। ਗਾ ਨੰਬਰ 1 ਜਿਹੜੀ ਤਾਜ਼ਾ ਸੂਈ ਹੈ, ਇਹਦੀ ਡਿਮਾਂਡ ਹੈ ਜਨਾਬ 3,30,000 ਰੁਪਇਆ ਫੁੱਲ ਐਂਡ ਫਾਈਨਲ। ਮੁੱਲ ਬੜੇ ਮਕੂਲ ਨੇ, ਕੁਆਲਿਟੀ 'ਚ ਕਦੀ ਵੀ ਸਮਝੌਤਾ ਜਾਨਵਰਾਂ ਦੀ 'ਚ ਨਹੀਂ ਕੀਤਾ ਹੈਗਾ। ਵੱਛੀ ਹੁਣ ਇਹਦੀ ਤੁਹਾਨੂੰ ਲਾਈਵ 'ਚ ਚੈੱਕ ਕਰਾਵਾਂਗੇ, ਕਿਤੇ ਨਹੀਂ ਜਾਣਾ।
ਮੇਰੀ ਵੀਡੀਓ ਨੂੰ ਸਕਿੱਪ ਨਹੀਂ ਕਰਨਾ। ਨਾ ਰਹਿਣਾ ਜਨਾਬ, ਮਾਸ਼ਾਅੱਲਾ। ਪਹਿਲੇ ਪਸਮਾ ਲੈਣਾ ਤੇ ਫਿਰ ਥਣ ਬਹੁਤ ਪਿਆਰਾ ਮਾਸ਼ਾਅੱਲਾ, ਪੂਰਾ ਪਸਮ ਕੇ ਰੁਗ ਰੁਗ ਦਾ ਥਣ ਹੋ ਗਿਆ ਜਨਾਬ। ਵੱਛੀ ਦੀ ਨਸਲ ਬਹੁਤ ਪਿਆਰੀ ਹੈ, ਜੱਸੀ ਚੁੱਲ ਸੰਗ ਰਸ ਵੱਛੀ ਹੈ ਜੀ। ਚੈੱਕ ਕਰੋ ਮਾਸ਼ਾਅੱਲਾ, ਚੱਲ ਵੀ ਅਮਜਦ ਕੈਮਰੇ ਤੋਂ ਥੋੜ੍ਹਾ ਜਿਹਾ ਡਰਦੀ ਪਈ। ਚਾਹ ਚੈੱਕ ਕਰਾ ਦੇ ਵੀਰੇ, ਫਿਰ ਜੇ ਧਾਰਾ ਮਾਰ ਬਹਿਣੀ ਸਾਈਡ ਦਾ ਅਗਲਾ ਥਣ, ਬਹਿਣੀ ਸਾਈਡ ਦਾ ਪਿਛਲਾ ਥਣ, ਐਂਡ ਬਹਿਣੀ ਸਾਈਡ ਦਾ ਅਗਲਾ ਜਨਾਬ, ਐਂਡ ਬਹਿਣੀ ਸਾਈਡ ਦਾ ਪਿਛਲਾ ਥਣ, ਸੋਨੇ ਰੰਗਾ ਚਾਹ ਹੈ। ਚੱਲ ਚੋਦੇ ਯਾਰ, ਬਹੁ ਵਿਰਕ ਟੀਵੀ ਹਮੇਸ਼ਾ ਤੋਂ ਜਨਾਬ ਅੱਛੇ ਅਤੇ ਮਿਆਰੀ ਜਾਨਵਰ ਲੈ ਕੇ ਹਾਜ਼ਰ ਹੁੰਦਾ। ਚੈੱਕ ਕਰੋ ਰੈਡ ਦੀ ਨਸਲ ਬਹੁਤ ਦੂਸਰਾ ਵਾਰਾ ਸੂਈ ਹੈ, ਮਗਰੇ ਦੇ ਬੱਚੀ। ਚੁਆ ਚੈੱਕ ਕਰੋ ਮਾਸ਼ਾਅੱਲਾ, ਚੁਆ ਦਾ ਸਾਊਂਡ ਦੂਰ ਦੂਰ ਖਲੋਤੇ ਬੰਦਿਆਂ ਨੂੰ ਸੁਣਦਾ ਪਿਆ, ਵੈੜ ਚੁਵਿੰਦੀ ਪਈ। ਸਾਡੇ ਚੈਨਲ 'ਤੇ ਨਵੇਂ ਆਉਣ ਵਾਲੇ ਭਰਾਵਾਂ ਅੱਗੇ ਰਿਕੁਐਸਟ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਲਾਜ਼ਮੀ ਕਰਿਆ ਕਰੋ, ਔਰ ਆਪਣੀ ਰਾਏ ਦਾ ਇਜ਼ਹਾਰ ਜਿਹੜਾ ਕਮੈਂਟਸ ਦੇ ਜ਼ਰੀਏ ਜ਼ਰੂਰ ਦੱਸਿਆ ਕਰੋ ਜਨਾਬ, ਤਾਂ ਕਿ ਅਗਰ ਸਾਡੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਅਸੀਂ ਉਹਨੂੰ ਦੂਰ ਕਰ ਸਕੀਏ। ਭਰਾਵਾਂ ਦੀ ਮੁਹੱਬਤ ਹੈ, ਚੁਆ ਬਹੁਤ ਪਿਆਰਾ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ, ਕੋਈ ਗੰਢ ਨਹੀਂ, ਕੋਈ ਮਰੋੜੀ ਨਹੀਂ, ਨੁਕਸ ਹਰ ਤਰ੍ਹਾਂ ਦੇ ਜ਼ਿੰਮੇਦਾਰ ਹੋਵਾਂਗੇ। ਦੁੱਧ ਜਿਹੜਾ ਚੁਆਵਾਂਗੇ ਆਪਣੇ ਕਿੱਲੇ 'ਤੇ ਜਨਾਬ, ਉਹਦੇ ਜ਼ਿੰਮੇਦਾਰ ਹੋਵਾਂਗੇ। ਕਈ ਮੇਰੇ ਵੀਰ ਭਾਈ ਕਮੈਂਟਸ ਕਰਦੇ ਸਨ, ਫੋਨ ਕਰਦੇ ਹਨ ਕਿ ਯਾਰ ਅਰਸ਼ਦ ਨਾਲ ਹੌਲੇ ਮੁੱਲ ਦੇ ਵਿੱਚ ਗਾਏ ਹੋਵੇ। ਇਹ ਅੱਲਾਹ ਦੀ ਮਿਹਰਬਾਨੀ ਨਾਲ ਥੋੜ੍ਹੀ ਕੀਮਤ ਦੇ ਵਿੱਚ ਵੱਡਾ ਧਮਾਕਾ ਲੈ ਕੇ ਹਾਜ਼ਰ ਹੋਏ। ਖਿੱਚਦੇ ਸ਼ੇਰ ਖਿੱਚਦੇ ਵੀਡੀਓ ਲੰਮੀ ਹੋ ਜਾਣੀ। ਭਾਂਡਾ ਚੇਂਜ ਕਰ ਲਾ, ਦੂਸਰੀ ਬਾਲਟੀ ਖਾਈ ਸਾਹਮਣੇ ਇੱਧਰ, ਬਸ ਇੱਥੇ ਰੱਖ ਦੇ। ਚਲੋ ਜੀ, ਮਾਸ਼ਾਅੱਲਾ ਬਾਲਟੀ ਦੁੱਧ ਦੀ ਕੱਢੀ ਗਾਏ ਰੇ।
ਸਾਡੀ ਲੋਕੇਸ਼ਨ ਹੈ ਜਨਾਬ ਸੀਲੋ ਜ਼ਿਲ੍ਹਾ ਪਾਕਿਸਤਾਨ ਚੱਕ ਨੰਬਰ 33 SP ਸਾਡਾ ਰਾਬਤਾ ਨੰਬਰ ਹੈ 0301-71-7178। ਬਹੁਵਿਰਕ TV ਜਨਾਬ ਹਮੇਸ਼ਾ ਤੋਂ ਕੋਸ਼ਾਂ ਅਤੇ ਕਾਵਸ਼ਾਂ ਭਰਾਵਾਂ ਵਾਸਤੇ ਸਾਫ਼ ਸੁਥਰੇ ਅਤੇ ਮਿਆਰੀ ਜਾਨਵਰ ਲੈ ਕੇ ਹਾਜ਼ਰ ਹੁੰਦਾ ਹੈ। ਸਾਡੀ ਅਵਲ ਤਰਜੀਹ ਹੈ ਸਾਫ਼ ਸੁਥਰੇ ਅਤੇ ਅੱਛੇ ਜਾਨਵਰ ਜਿਹੜੇ ਵੀਰਾਂ ਦੋਸਤਾਂ ਦੀ ਦਹਿਲੀ ਤੱਕ ਗਰੰਟੀ ਸ਼ੁਦਾ ਸਮੇਂ ਕਾਰਗੋ ਕਿਸੇ ਕਿਸਮ ਦਾ ਕੋਈ ਡਾਊਟ ਇਨਸ਼ਾਅੱਲਾ ਦਾ ਕੋਲੋਂ ਪੈਦਾ ਨਹੀਂ ਹੋਣ ਦੇਈਦਾ ਜੀ। ਖਿੱਚਦੇ ਖਿੱਚਦੇ ਜਵਾਨ ਖਿੱਚਦੇ ਵੀਡੀਓ ਲੰਬੀ ਹੋ ਜਾਣੀ। ਕਈ ਭਾਈ ਕਮੈਂਟਸ ਕਰਦੇ ਨੇ ਵੀ 10 ਮਿੰਟ ਦੇ ਉੱਤੇ ਦੀ ਯਾਰ ਵੀਡੀਓ ਨਾ ਬਣਾਇਆ ਕਰੋ। ਉਹਨਾਂ ਦੋਸਤਾਂ ਅੱਗੇ ਰਿਕੁਐਸਟ ਹੈ ਯਾਰ ਥੋੜ੍ਹਾ ਟਾਈਮ ਕੱਢ ਕੇ ਵੀਡੀਓ ਵੇਖੋਗੇ ਤੁਹਾਨੂੰ ਜਾਨਵਰ ਦੀ ਸਮਝ ਆਏਗੀ, ਜਾਨਵਰ ਦੀ ਚੁਆਈ ਚੈੱਕ ਕਰ ਲਓਗੇ, ਕਿਸੇ ਕਿਸਮ ਦਾ ਕੋਈ ਡਾਊਟ ਨਹੀਂ ਰਹਿੰਦਾ। ਬਾਅਦ 'ਚ ਫੋਨ ਕਰਕੇ ਵੀਰ ਪੁੱਛਦੇ ਨੇ ਕਿ ਯਾਰ ਦੁੱਧ ਕਿੰਨਾ ਹੋਇਆ ਸੀ, ਗਾਂ ਦੀ ਕੀਮਤ ਕਿੰਨੀ ਦੱਸੀ ਜੇ, ਇਸ ਕਰਕੇ ਅਸੀਂ ਵੀਡੀਓ ਦੇ ਦਰਮਿਆਨ 'ਚ ਹੀ ਸਾਰਾ ਕੁਝ ਮਤਲਬ ਕੀਮਤ ਵਗੈਰਾ ਸਟਾਰਟ 'ਚ ਹੀ ਦੱਸ ਦਿੱਤੀ ਹੈ ਕਿ ਕਈਆਂ ਭਾਈਆਂ ਕੋਲ ਟਾਈਮ ਨਹੀਂ ਹੁੰਦਾ, ਉਹ ਵੀਡੀਓ ਵੇਖਦੇ ਨੇ, ਚੈੱਕ ਕਰਦੇ ਨੇ, ਜਾਨਵਰ ਚੈੱਕ ਕਰਦੇ ਨੇ ਅਤੇ ਫੋਨ ਕਰ ਲੈਂਦੇ ਨੇ। ਵੀਡੀਓ ਦਾ ਮਕਸਦ ਹੀ ਹੁੰਦਾ ਭਾਈਆਂ ਨੂੰ ਕਿ ਚੈੱਕ ਕਰਕੇ ਜਾਨਵਰ ਜਿਹਨੂੰ ਪਸੰਦ ਹੋਵੇ ਉਹ ਕਾਲ ਕਰ ਲਿਆ। ਵੱਛੀ ਜੋਗਾ ਦੁੱਧ ਛੱਡ ਦੇਈ ਖੁੱਲ੍ਹਾ, ਬਸ ਕਰ। ਚੁਆਈ ਹੋ ਗਈ ਮੁਕੰਮਲ, ਹੁਣ ਤੁਹਾਨੂੰ ਪੈਮਾਨਾ ਕਰਕੇ ਦੱਸਦੇ ਹਾਂ ਕਿ ਦੁੱਧ ਕਿੰਨਾ ਹੋਇਆ। ਫੈਣ ਦਾ ਸ਼ੇਰ ਠੰਡਾ ਕਰ ਲਾ। ਉੱਚਾ ਕਰਕੇ ਫੈਣ ਯਾਰ ਥੋੜ੍ਹਾ ਜਿਹਾ ਇਸ ਤਰ੍ਹਾਂ। ਚੱਲ ਪੈਮਾਨਾ ਕਰ ਮੇਰਾ ਬਹੁਤ ਜਲਦੀ ਕਰ। ਬਰਕਤ ਜੀ ਦੋ ਭਰ ਕੇ ਪਾ ਗੜੀਆਂ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗੜਵੀਆਂ ਜਨਾਬ ਦੁੱਧ ਹੋਇਆ। ਵੱਛੀ ਨੂੰ ਵੀ
ਖੁੱਲਾ ਦੁੱਧ ਛੱਡਿਆ, ਮੱਛੀ ਚੁੰਘਦੀ ਪਈ ਹੈ। ਚੈੱਕ ਕਰੋ, ਗਾਂ ਨਿੰਬੂ ਵਾਂਗੂ ਨੁੱਚੜ ਗਈ। ਅਸਲੀ ਅਤੇ ਨਕਲੀ ਦਾ ਇਹੀ ਫਰਕ ਹੁੰਦਾ। ਨਸਲਾਂ ਨੂੰ ਲੋਕ ਐਵੇਂ ਨਹੀਂ ਪਰਖ ਕੇ ਲੈਂਦੇ। ਦੋ ਜਾਨਵਰਾਂ ਦੀ ਬੜੀ ਮਕੂਲ ਕੀਮਤ ਹੈ। ਇੱਕ ਵਾਰੀ ਫਿਰ ਤੁਹਾਨੂੰ ਲੋਕੇਸ਼ਨ ਦੱਸਦੇ ਹਾਂ। ਸਾਡੀ ਲੋਕੇਸ਼ਨ ਹੈ ਜਨਾਬ ਸਿਲੋ ਜ਼ਿਲ੍ਹਾ ਪਾਕਪਤਨ, ਚੱਕ ਨੰਬਰ 33 SP। ਸਾਡਾ ਰਾਬਤਾ ਨੰਬਰ 0371 7178। ਇਹ ਵਟਸਐਪ ਨੰਬਰ ਹੈ, ਇਹ ਲੋਕਲ ਨੰਬਰ ਹੈ। 3,30,000 ਰੁਪਇਆ ਫਾਈਨਲ ਗਾਂ ਦੀ ਕੀਮਤ। ਜਿਹੜਾ ਮੇਰਾ ਵੀਰ ਭਰਾ ਲੈਣਾ ਚਾਹੇ ਸਾਡੇ ਨਾਲ ਰਾਬਤਾ ਕਰ ਸਕਦਾ। ਕੱਲ੍ਹ ਇੱਕ ਫਿਰ ਨਈ ਵੀਡੀਓ ਨਾਲ ਹਾਜ਼ਰ ਹੋਵਾਂਗੇ। ਕੱਲ੍ਹ ਤੱਕ ਦੀ ਇਜਾਜ਼ਤਾਂ। ਅੱਲਾ ਨਿਗਬਾਨ। ਪਾਕਿਸਤਾਨ ਜ਼ਿੰਦਾਬਾਦ।